بسم الله الرحمن الرحيم اعوذ باللہ من الشیطان الرجیم بسم اللہ الرحمن الرحیم ناظرین آج خصوصی پروگرام پٹواری شہراں پر اساں کرنے پیاں تے اج اساں بیٹھے ہاں تھا جھنڈا ہے ایک خوبصورت جی جائی پر ਜਿੱਥੇ ਸਾਡੇ ਨਾਲ ਬੈਠੇ ਹੋਏ ਮਿਰਜ਼ਾ ਜਵੇਦ ਅਰ ਜਿਹੜੇ ਮਸ਼ਹੂਰ ਹੈ ਆਪਣੇ ਬਾਜ਼ਾਂ ਦੀ ਵਜ੍ਹਾ ਸੂ ਤਾਂ ਗੁਜਰਖਾਨਾ ਦੇ ਲੋਕ ਨਹੀਂ ਬੜੇ ਚੰਗੇ ਤਰੀਕੇ ਨਾਲ ਜਾਣਨੇ ਆਓ ਅੱਜ ਅਸੀਂ ਉਹਨਾਂ ਕੋਲ ਪੁੱਛਣੇ ਹਾਂ ਇਹ ਸ਼ੇਰਾਂ ਦੀ ਸਕਾਫਤ ਕਹਿ ਆ ਅਤੇ ਸ਼ੇਰ ਤਾਂ ਬੜੇ ਜ਼ੋਕ ਨਾਲ ਸੁਣਨੇ ਹੋ ਪ੍ਰੋਗਰਾਮ ਵੀ ਕਰਾਉਣੇ ਹੋ ਤਾਂ ਨਾਲ ਇਹ ਬਾਜ਼ ਕਦੋਂ ਨੇ ਵੀ ਮਿਰਜ਼ਾ ਜੀ ਤੁਸੀਂ ਰੱਖਿਆ ਬਾਜ਼ ਬੜੇ ਅਰਸੇ ਤੋਂ ਮੈਂ ਰੱਖਣਾ ਜੀ ਕਮ ਸੋ ਕਮ 40-42 ਸਾਲ ਹੋ ਗਏ ਮੈਂ ਇਸ ਬਾਜ਼ਾਂ ਨਾਲ ਸ਼ਿਕਾਰ ਕਰਨੇ ਹੋ ਅਤੇ ਇਹ ਸਾਡਾ ਇੱਕ ਜਿਹੜਾ ਨਾ ਆਪਣਾ ਸ਼ੌਕ ਆ ਅਤੇ ਇਸਨੇ ਨਾਲ ਇਹ ਸ਼ਿਕਾਰ ਖੇਲੇ ਹਾਂ ਆਪਣਾ ਸ਼ੁਕਲ ਮੇਲਾ ਜਿਹੜਾ ਉਹ ਕਰਨੇ ਆ ਤਰ੍ਹਾਂ ਜਾਂ ਰਾਜ਼ੀ ਕਰੀ ਕਿੰਨੇ ਆ ਚਲੋ ਇਹ ਇੱਕ ਸਾਡਾ ਸ਼ੌਕ ਆ ਇਹਨਾਂ ਬਾਜ਼ਾਂ ਨਾਲ ਅਤੇ ਇਸ ਵਜ੍ਹਾ ਤੋਂ ਇਹ ਰੱਖਣੇ ਆ ਅਤੇ ਸ਼ਿਕਾਰ ਖੇਲੇ ਆ ਇਹਨਾਂ ਨਾਲ ਹੁਣ ਤਾਂ ਸ਼ਿਕਾਰ ਵਾਲੀ ਕਹਾਣੀ ਤਾਂ ਕੋਈ ਨਹੀਂ ਰਹੀ ਕਿ ਜਿਹੜੇ ਬੰਦੂਕਾਂ ਵਾਲੇ ਸਾਡੇ ਨਾਲ ਉਡਾਡੇ ਹੋਈ ਗਏ ਜੇ ਇਹਨਾਂ ਤੋਂ ਕਿਸੇ ਏਰੀਏ 'ਚ ਬੰਦੂਕਾਂ ਵਾਲੀਆਂ ਤਿੱਤਰ ਛੋੜਿਆ ਹੀ ਕੋਈ ਨਹੀਂ ਤਾਂ ਹੁਣ ਇਹ ਹੈ ਕਿ ਬਾਜ਼ 'ਚ ਆਉਣੇ ਵਾਲੀ ਗੱਲ ਹੀ ਸ਼ਿਕਾਰ ਵਾਲੀ ਤਾਂ ਛੁੱਟੀ ਹੋਏਗੀ ਹੋਰ ਤਾਂ ਹੁਣ ਰਹਿਮਾਨ ਜੀ ਰਿਹਾ ਕੁਝ ਨਹੀਂ ਇਹ ਗੱਲ ਹਾਂ ਬਸ ਇਹ ਹੀ ਹੈ ਇਹਨਾਂ ਨਾਲ ਹੁਣ ਹੋਰ ਕਿਆ ਅੱਗੇ ਤਾਂ ਇਹ ਹੋਣਾ ਸੀ ਕਿ ਚਲੋ ਸ਼ਿਕਾਰ ਕਰਨੇ ਸੀ ਕੋਈ ਸ਼ੁਗਲ ਲਾਉਣੇ ਸੀ ਤਾਂ ਹੁਣ ਇਹ ਬੰਦੂਕਾਂ ਵਾਲੇ ਨਾ ਰਾਤੀ ਛੋੜਨੇ ਤਾਂ ਨਾ ਅਰਸੇ ਨੇ ਤੁਸੀਂ ਮਿਰਜ਼ਾ ਜੀ ਬਾਦਸ਼ਾਹ ਰੱਖੇ ਹੋਏ ਤਾਂ ਉਹਨੇ ਬੜਾ ਮਹਿੰਗਾ ਸ਼ੌਕ ਹੈ ਅਤੇ ਇਸ ਨਾਲ ਕਿਸ ਤਰ੍ਹਾਂ ਪੂਰੇ ਕਰਨੇ ਉੱਥੇ ਇਸਨੇ ਬਸ ਇਸ ਨਾਲ ਬਸ ਹਰ ਬੰਦੇ ਨੇ ਜਿਸ ਤਰ੍ਹਾਂ ਅੱਲਾ ਰਿਜ਼ਕ ਲਿਖਿਆ ਹੋਣਾ ਉਸ ਤਰੀਕੇ ਨਾਲ ਉਸਕੀ ਦੇਣਾ ਤਾਂ ਇਸ ਤਰ੍ਹਾਂ ਤਾਂ ਇਸ ਨਾਲ ਵੀ ਲਿਖਿਆ ਅੱਲਾ ਇਹਨਾਂ ਕੀ ਦੇਣਾ ਇਹ ਵੀ ਆਪਣਾ ਲਿਖਿਆ ਖਾਣੇ ਜੀ ਅਸਾਂ ਇਹ ਅਸਲ ਪ੍ਰੋਗਰਾਮ ਸੀ ਸਾਡੇ ਇਸ ਆਪਣੀ ਪਟਵਾਰੀ ਸਕਾਫਤ ਉੱਪਰ ਜਿਹੜੀ ਸ਼ੇਰ ਓ ਸ਼ਾਇਰੀ ਹੈ ਅੱਜ ਕੱਲ੍ਹ ਤਾਂ ਸ਼ੇਰ ਓ ਸ਼ਾਇਰੀ ਬੂਹ ਹੀ ਘੱਟ ਰਹੇਗੀ ਤਾਂ ਸੁਣਨੇ ਵਾਲੇ ਵੀ ਘੱਟ ਰਹੇਗੇ ਤਾਂ ਤੁਸੀਂ ਬੜੇ ਪ੍ਰੋਗਰਾਮ ਸ਼ਾਮ ਕਰਾਏ ਸ਼ੇਰ ਓ ਸ਼ਾਇਰੀ ਨੇ ਜੀ ਤਾਂ ਗੁਜਰਖਾਨਾ 'ਚ ਮਾਸ਼ਾਅੱਲਾ ਤੁਸੀਂ ਇੱਕ ਨਾਂ ਵੀ ਆ ਇਸ ਸ਼ੇਰ ਓ ਸ਼ਾਇਰੀ ਉੱਪਰ ਜੀ ਤਾਂ ਤੁਸੀਂ ਇਸ ਬਾਰੇ 'ਚ ਕੀ ਆਉਣੇ ਹੋ ਸ਼ੇਰਾਂ ਦੇ ਪ੍ਰੋਗਰਾਮਾਂ ਦੇ ਬਾਰੇ 'ਚ ਅੱਜ ਕੱਲ੍ਹ ਅਸਲ ਇਹ ਸਕਾਫਤ ਹੈ ਸਾਡੀ ਖੇਤਾਂ ਬਟਵਾਰ ਨਹੀਂ ਔਰ ਜਿਹੜਾ ਬੰਦਾ ਆਪਣੀ ਸਕਾਫਤ ਨਹੀਂ ਨਾ ਜ਼ਿੰਦਾ ਰੱਖਣਾ ਉਹ ਦਿਨ ਬੇ ਦਿਨ ਪਿੱਛਾ ਆਉਣਾ ਅਤੇ ਇਹ ਜਿਹੜਾ ਸਕਾਫਤ ਹੈ ਨਾ ਜੀ ਇਹ ਹਰ ਬੰਦੇ ਕੀ ਸ਼ੇਰਖਾਨੀ ਸੁਣਨੀ ਚਾਹੀਦੀ ਇਸਕੀ ਸਮਝਣਾ ਚਾਹੀਦਾ ਸਾਡੀ ਸਕਾਫਤ ਜਿਹੀ ਹੈ ਅੱਜ ਤਾਂ ਲੰਡਨ ਪਲਾਜ਼ੇ 'ਚ ਮਿਲਾਦ ਕਮੇਟੀ ਨੇ ਸ਼ਕੀਲ ਬੱਟ ਸਾਹਿਬ ਹੋਏ ਮੈਂ ਹਾਂ ਰਹਿਮਾਨ ਸਾਹਿਬ ਇਹ ਸਾਰੇ ਕਮੇਟੀ ਨੇ ਮੈਂਬਰ ਹਾਂ ਅਸਾਂ ਤਾਂ ਸਾਲੋ ਸਾਲ ਇੱਥੇ ਲੰਡਨ ਪਲਾਜ਼ੇ 'ਚ ਵੀ ਪ੍ਰੋਗਰਾਮ ਸ਼ੇਰਖਾਨੀ ਨਾਲ ਕਰਾਉਣੇ ਆ ਔਰ ਬਹੁਤ ਅੱਛਾ ਕਰਾਉਣੇ ਆ ਪ੍ਰੋਗਰਾਮ ਤਾਂ ਅੱਜ ਤਾਂ ਆਹ ਆਮ ਆਦਮੀ ਕੀ ਵੀ ਦਾਵਤ ਦੇਣੇ ਆ ਕਿ ਯਾਰ ਸਾਡੇ ਕੋਲ ਆਓ ਸੁਣੋ ਇਹ ਸਕਾਫਤ ਆ ਬਟਵਾਰ ਨਹੀਂ ਤਾਂ ਇਸਕੀ ਅਸਾਂ ਉਜਾਗਰ ਕਰਨੇ ਹਾਂ ਜੀ ਨਵੀਂ ਨਸਲ ਦਾ ਅੱਜ ਕੱਲ੍ਹ ਮਿਰਜ਼ਾ ਜੀ ਨਵੀਂ ਨਸਲ ਇਹ ਅੱਜ ਕੱਲ੍ਹ ਤਾਂ ਸ਼ੇਰਾਂ ਤੋਂ ਦੂਰ ਹੋਏਗੀ ਇਹਨਾਂ ਕੀ ਤਾਂ ਸਮਝ ਹੀ ਕੋਣੀ ਜੀ ਸ਼ੇਰਾਂ ਤੋਂ ਦੂਰ ਤਾਂ ਹੀ ਹੋਈ ਨਾ ਕਿ ਇਹਨਾਂ ਕੀ ਇਹ ਜਿਹੜੇ ਮੋਬਾਈਲ ਜੇ ਲੱਭੀ ਗਏ ਗਾਣੇ ਇਹਨਾਂ 'ਚ ਸੁਣਨੇ ਜਾਂ ਮਤਲਬ ਟੇਪਾਂ ਜੇ ਗਾਣੇ ਸੁਣਨੇ ਕਿਸਤਾਂ 'ਚ ਅਤੇ ਇਹਨਾਂ ਕੀ ਤਾਂ ਇਹਨਾਂ ਸ਼ੇਰਖਾਨੀ ਵਾਲਾ ਤਾਂ ਬਿਲਕੁਲ ਹੈ ਹੀ ਕੋਈ ਨਹੀਂ ਨਾ ਜੇ ਇਸਕੀ ਵੀ ਕੋਈ ਸੁਣਨ ਜੇ ਇਹ ਸੁਣਨ ਤਾਂ ਇਹਨਾਂ ਨੇ ਮਗਜ਼ਾ 'ਚ ਵੀ ਕੁਝ ਪਾਇਆ ਨਾ ਤਾਂ ਤੁਸੀਂ ਜਿਸਾਂ ਲੋਕ ਉੱਥੇ ਡਿਮਾਂਡ ਕਰਨੇ ਕੋਈ ਸ਼ੇਰਾਂ ਲੈ ਕੇ ਇਕੱਠਾ ਕਰੋ ਆਪਸ ਦੀ ਜਾਂ ਜੋੜੀ ਛੋੜੀ ਬਣਾਓ ਜੀ ਜੀ ਕਹਿ ਤੱਕ ਕਿ ਤੁਸੀਂ ਇਹਨਾਂ ਦੋਵਾਂ ਆਪਸ ਵਿੱਚ ਅਸਲ ਇਹ ਹੋਣਾ ਮੁਕਾਬਲਾ ਬੰਨੇ ਹੋ ਆਪਸ ਮੁਕਾਬਲਾ ਇਹਨਾਂ ਨਾਲ ਇਸ ਤਰ੍ਹਾਂ ਨਾਲ ਹੋਣਾ ਕਿ ਦੋਵੇਂ ਜਿਹੜੇ ਸ਼ੇਰਖਾਨ ਹੋਣੇ ਨਾ ਉਹ ਬਿਨ ਮੁਕਾਬਲ ਇਸ ਤਰ੍ਹਾਂ ਹੋਣੇ ਕਿ ਉਹਨਾਂ ਨੇ ਦੋਵਾਂ ਦੀਆਂ ਆਵਾਜ਼ਾਂ ਮੈਚ ਕਰਨੀਆਂ ਪੈਣੀਆਂ ਉਹਨਾਂ ਦੋਵਾਂ ਨੇ ਆਵਾਜ਼ ਮੈਚ ਕਰ ਸਨ ਤਾਂ ਤੁਸੀਂ ਪ੍ਰੋਗਰਾਮ ਕਰਾਸੋ ਤਾਂ ਉਹ ਤੁਹਾਡਾ ਅੱਛਾ ਹੋ ਸੀ ਤਾਂ ਜੇ ਦੋਵਾਂ ਦੀ ਇੱਕ ਦੀ ਆਵਾਜ਼ ਜਿਹੜੀ ਆ ਉਹ ਖਲੀ ਲੈ ਲਾ ਦੂਈ ਲੰਮੀ ਲੈ ਲਾ ਤਾਂ ਜੇ ਦੋਵੇਂ ਲਾਈ ਉੱਠੋ ਤਾਂ ਫਿਰ ਤੁਸਾਂ ਕਿ ਸਵਾਦ ਨਹੀਂ ਅੱਛਾ ਨਾਗਾ ਉਹ ਦੋਏ ਇੱਕ ਲੈ ਲਏ ਹੁਸਣ ਜਾਂ ਇੱਕ ਆਵਾਜ਼ ਵਾਲੇ ਹੁਸਣ ਤਾਂ ਤੁਸੀਂ ਸੁਣਨੇ ਨਵੀਂ ਸਵਾਦ ਅੱਛੀ ਜੀ ਨਾਜ਼ਰੀਨ ਇਸ ਵੇਲੇ ਸਾਡੇ ਨਾਲ ਮੌਜੂਦ ਹਨ ਚੌਧਰੀ ਸਗੀਰ ਆਫ ਕੱਖੜੀ ਜਿਹੜੇ ਸ਼ੇਰ ਸ਼ੇਰ ਪੜ੍ਹਨੇ ਬੋਲਣੇ ਰਹਿਣੇ ਤਾਂ ਅੱਜ ਇਹਨਾਂ ਨਾਲ ਅਸਾਂ ਤੁਹਾਨੂੰ ਮਿਲਾਉਣੇ ਆ ਨਾਲ ਇਹਨਾਂ ਕੋਲ ਵੀ ਪੁੱਛਣੇ ਆ ਨਾਲ ਕੋਈ ਸ਼ੇਰ ਸ਼ੇਰ ਵੀ ਸੁਣ ਸਾਂ ਲੇਕਿਨ ਇਹਨਾਂ ਪੁੱਛੀ ਅੱਜ ਕੱਲ੍ਹ ਸ਼ੇਰ ਨਹੀਂ ਕਿਤਨੀ ਕੁ ਰਹੇਗੀ ਸਕਾਫਤ ਲੋਕ ਕਿਤਨਾ ਕੁ ਸੁਣਨੇ ਤਾਂ ਚੌਧਰੀ ਸਾਹਿਬ ਕਿਆ ਬਾਣੇ ਹੋ ਤੁਸੀਂ ਅੱਜ ਕੱਲ੍ਹ ਸ਼ੇਰ ਓ ਸ਼ਾਇਰੀ ਹੋਣੀ ਵੀ ਸ਼ੇਰ ਲੋਕ ਸੁਣਨੇ ਵੀ ਹੈ ਕਿ ਕਿਆ ਬਾਣੇ ਹੋ ਪ੍ਰੋਗਰਾਮ ਇਹਨਾਂ ਬਾਰੇ 'ਚ ਕਾਫੀ ਲੋਕ ਸੁਣਨੇ ਨਹੀਂ ਆ ਤੱਕ ਪਟਵਾਰੀ 'ਚ ਇਹ ਸਾਡਾ ਪਟਵਾਰ ਬਹੁਤ ਲੋਕ ਮੁਹੱਬਤ ਕਰਨੇ ਇਸ ਫਨ ਨਾਲ ਮੁਹੱਬਤ ਕਰਨੇ ਅਤੇ ਪਟਵਾਰ ਕਾਇਮ ਹੈ ਸਾਡਾ ਗੁਜਰਖਾਨ ਜਿਹੜਾ ਨਾ ਤਹਿਸੀਲ ਗੁਜਰਖਾਨ ਸਾਡੀ ਪਟਵਾਰ ਨਾ ਦਿਲਾ ਇੱਥੇ ਸ਼ੇਰਾਂ ਨਾਲ ਬੜਾ ਮੁਹੱਬਤ ਲੋਕ ਕਰਨੇ ਔਰ ਪਟਵਾਰੀ ਜ਼ਬਾਨ ਨਾਲ ਬਹੁਤ ਮੁਹੱਬਤ ਹੈ ਲੋਕਾਂ ਦੀ ਸਾਡੇ ਲੋਕ ਇਸ ਫਨ ਕੀ ਬੜੀ ਇੱਜ਼ਤ ਦੇਣੇ ਤਾਂ ਅਸਾਂ ਇਨਸ਼ਾਅੱਲਾ ਸ਼ੇਰ ਪੜ੍ਹਨ ਵਾਲੇ ਵੀ ਕੋਸ਼ਿਸ਼ ਕਰਨੇ ਹਾਂ ਭਾਈ ਅੱਛੀਆਂ ਅੱਛੀਆਂ ਪਟਵਾਰੀ ਆਪਣੀ ਜ਼ਬਾਨ 'ਚ ਕੋਈ ਅੱਛੀਆਂ ਗੱਲਾਂ ਸੁਣਾਈਆਂ ਜਾਣ ਅਸਾਂ ਕੋਸ਼ਿਸ਼ ਕਰਨਾ ਹੈ ਕਿ ਆਪਣੇ ਪਟਵਾਰ ਕੀ ਹਰ ਤਰੀਕੇ ਨਾਲ ਕਿਆ ਕੀਤਾ ਜਾਏ ਹਰ ਕਿਸਮ ਨਾਲ ਸੋਚ ਵੀ ਆਈ ਸਾਡੀ ਅਤੇ ਇਨਸ਼ਾਅੱਲਾ ਕੋਸ਼ਿਸ਼ ਕਰਨੇ ਹਾਂ ਕਿ ਸਾਰੇ ਦੋਸਤ ਅਸ ਰਲਿਤ ਪਟਵਾਰ ਨੇ ਬਾਰੇ ਸਾਡੇ ਅੱਲਾ ਪਾਕ ਜੰਨਤ ਬਖਸ਼ਿਆ ਚੌਧਰੀ ਅਕਰਮ ਸਾਹਿਬ ਸੇ ਉਹਨਾਂ ਇਸ ਫਨ ਕੀ ਬਹੁਤ ਉਜਾਗਰ ਕੀਤਾ ਅੱਲਾ ਪਾਕ ਮਾਫਰਤ ਕਰਿਆ ਨੇ ਉਹਨਾਂ ਇਸ ਫਨ ਕੀ ਬੜਾ ਅਰੂਜ ਦਿੱਤਾ ਅਤੇ ਇਨਸ਼ਾਅੱਲਾ ਅਸ ਲੋਕ ਵੀ ਜੇ ਕੋਈ ਜਾਣਨੇ ਆ ਕੋਸ਼ਿਸ਼ ਕਰਨੇ ਅੱਛੀਆਂ ਅੱਛੀਆਂ ਗੱਲਾਂ ਲੋਕਾਂ ਨੇ ਕੋਸ਼ਿਸ਼ ਗੁਜ਼ਾਰ ਕੀਤੀਆਂ ਜਾਣ
तबलीक समझित करने हैं। शौक भी है, ये इबादत भी है, शुगल भी है। हर एक इंसान ही अपनी सोच है जिधर इसकी लैके जाए, लेकिन कोशिश करने हैं अच्छी अच्छी गल्लां लोगों ने कुछ किदार करा तो इंशाल्लाह इस साले मिर्जा साहब अगर सुन बड़ी प्यारी गुफ्तगू करने से पे ये बहुत शेर सुखों नाल मुहब्बत करने अशकील भट्ट साहब ये हर साल प्रोग्राम कराने मिलाद ना अस सारे दोस्त हाजिर होने और भी गुजरहान बहुत प्रोग्राम होने मिलाद ने इंशाल्लाह पठवारी जी सकाफत है ना गुजरहान इस तरह बहुत अरूज आ तो कोशिश करने आने वाली जितने नौजवान सुनने पे उन्होंने तक भी पैगाम अगर कोशिश करो यार जिस तरह जानने हो अल्लाह रा पठवार की ना भुलियाए पठवार नाल साड़ी जिंदगी है पठवार नाल साड़ी इज्जत है पठवार कैम है तो सारे लोग कैम आ तो इंशाल्लाह कोशिश कर सा कि अच्छी अच्छी गल्लां लोगों ने कोशिश किदार करा ये असल साहब ये जड़ा ना आज़ाद कश्मीर ना एरिया जिला रावलपिंडी ना एरिया इधरों जेलम तक एरिया ये जो एरिया मीरपुर ना आज़ाद कश्मीर ना करी गनो ये लोग बड़े शेरखानी नाल मुहब्बत करने बड़े चंगे तरीके नाल सुनने बड़े अच्छे प्रोग्राम कराने जी उन्हां की भी बहुत लगन है ये जड़े साढ़े दोस्त है ना आज़ाद कश्मीर ने मीरपुर ने होइए डडियाल ने अगर आज़ाद कश्मीर सहसा कोहली ये भी बड़ी लगन करने साढ़े खिता पटवार ने शेरखानी नाल और बड़े चंगे तरीके नाल इसकी जड़ा ना सुनने और बड़े बड़े प्रोग्राम कराने जी ये उन्होंने लोगों ने भी बड़ी मुहब्बत है और उन्होंने भी बड़ा हिस्सा इस नाल तो साढ़ा तो असा तो है ही पठवार ने हाँ संगीत है इसने नाल बहुत ज़्यादा लगन होनी चाहिए इसने नाल बहुत ज़्यादा लगन होनी चाहिए इसनी खातर हर बंदे की अपनी सकाफत नहीं भूलनी चाहिए इसकी जड़ा ना ये उजाद रखना चाहिए चौ साहब कोई एक अद्धा शेर सुनाओ खंदर है ये सारे हूँ इकट्ठे हुए कोई शेर एक अद्धा सुनाओ चौ जी तेरी सिफत नहीं आँदी बयान मैं थी तेरी सिफत नहीं आँदी बयान मैं थी मैं कुर्बान जावां तेरी शान उपरूं लख वार जिसकी ता इनकार तेरा नहीं उठा लिया दस्तरखान उपरूं जगह पाक नपाक नू देखदी नहीं रहमत आँदी है जदू आसमान उपरूं जेड़ा तेरा नहीं शुक्र गुजार अब्दुल लख अफसोस उस ऐसे इंसान उपरूं ना तो अजूर दी उम्र सारी मैं तो पढ़दे हो मर जावा निकले जान जा दमा दे दम मेरी आँखा पहुँचो बुलांदा मर जा पहुँच जान ने मेरे अजूर जदू कदमे सीस नवांदा मर जा शमसी बख्शिश निजात दी खास खातर हाथ जोड़दा वास्ते पांदा मर जा दिल दी तार नू छेड़ गई है मेरे नाल या दगा उस यार कीता या किस्मत फरेब कोई खेड़ गई है ऐसी जर फराक ने लाई इजकी मेरा ऐना कलूब ना तेड़ गई है चुल्लियां दी समीम बर्बादियां दी मेरे संग दा संगी न खेड़ गई है चौ जी एक बैत जरा सुनासो ये भी जरा पठवारी ना बैत बड़े लोग पसंद करने तो बड़ा ही रौनक जी होनी तो जरा एक बैत कोई सुनासो चाहे तो आख्या है ए जदू ना लुट आई दिल मेरा किसे कम हुए कम हुए वो किसे कम हुए किसे कम जोगी ना ए रही जिंदगी गया खुशियां ते गमां ने लाए डेरे गया खुशियां ते गमां ने लाए डेरे मेरे लई वो मेरे लई अजाब बन गई जिंदगी जीवे मैं प्या जिंदगी गुजारना या ओ जी मैं प्या जिंदगी गुजारना या अल्लाह किसे वो अल्लाह किसे नू दे ना जई जिंदगी तू भी राज राज सितम कमा सजना तू भी राज राज सितम कमा सजना जेड़ी चार दिन कासम नी थई जिंदगी हूँ जुले हैं जी असा तखने प्रोग्राम जो लंडन प्लाजे च होया चोरी सकीर ना तो तखने मुड़ी कसने तो और दो भी थे संगी साढ़े उन्होंने भी मिलाने वो भी बड़ा शौक रखने शेर नाल ते शेर सुनो तो इंशाल्लाह उन्होंने संगी मिलाने करे आई को सजना बाजे आम नया
ਸਦਰ ਸ਼ਕੀਲ ਅਹਿਮਦ ਭੱਟ ਸਾਹਿਬ ਜਿਹੜੇ ਬੜੇ ਸ਼ੌਕ ਨਾਲ ਹਰ ਸਾਲ ਪ੍ਰੋਗਰਾਮ ਕਰਾਉਣੇ ਅਤੇ ਹਰ ਸਾਲ ਕਰਾਉਣੇ ਰਹਿਣੇ ਅਤੇ ਨਾਲ ਜੋੜੀਆਂ ਵੀ ਬਣਾਉਣੇ ਰਹਿਣੇ ਅਤੇ ਬੜੀ ਜ਼ੋਕ ਅਤੇ ਬੜੇ ਸ਼ੌਕ ਰੱਖਣੇ ਅੱਜ ਇਹਨਾਂ ਕੋਲ ਪੁੱਛਣੇ ਹਰ ਸਾਲ ਪ੍ਰੋਗਰਾਮ ਕਰਾਉਣੇ ਰਹਿਣੇ ਉਹ ਤਾਂ ਮੈਂ ਇੱਕ ਤੱਕ ਜੋੜੀਆਂ ਛੋੜੀਆਂ ਵੀ ਬਣਾਉਣੇ ਨਾਲ ਇਹ ਸ਼ੇਰਖਾਨਾ ਹੀ ਬੜਾ ਦਬਾਈ ਰੱਖਣੇ ਇਸ ਤਾਲ ਛਿੱਕੋ ਜ਼ਰਾ ਸੁਰ ਛਿੱਕੋ ਇਹ ਕਹਿ ਹੋਣਾ ਜੀ ਬੜ ਜੀ ਮੀਂਹ ਕਿਤੇ ਚਰੀਆਂ ਅਤੇ ਬਾਰੇ 'ਚ ਕੋਈ ਨਹੀਂ ਇਤਨੀ ਸਮਝ ਸ਼ੇਰਖਾਨਾ ਦੀਆਂ ਸੁਰਾਂ ਹੋਣੀਆਂ ਨਾ ਸਾਜ਼ਾਂ ਦੀਆਂ ਸੁਰਾਂ ਹੋਣੀਆਂ ਨਾ ਉਹਨਾਂ ਕੀ ਜਨਾਬ ਵਾਲੀ ਜਿਸਲੇ ਸਟਾਰਟ ਇਹ ਕਰਨੇ ਤਾਂ ਉਸਲੇ ਜ਼ਰਾ ਧੀਮੀ ਲੈ ਆਉਣੀ ਹੈ ਫਿਰ ਮੁੜੀ ਚਲਾ ਇਸ ਆਪਣੇ ਮਲੂਕ ਉੱਪਰ ਜਾਣੇ ਅਤੇ ਫਿਰ ਜਨਾਬ ਥੋੜ੍ਹੀ ਜਿਹੀ ਅਪਰ ਕਰਨੀ ਪੈਣੀ ਸਤਾਰ ਛਕਾਉਣੀ ਪੈਣੀ ਸਾਰੇ ਸਾਜ਼ ਜਿਹੜਾ ਛਿੱਕਣ ਹੋਣੇ ਦੁਬਾਰਾ ਅਤੇ ਫਿਰ ਜਨਾਬ ਤਾਂ ਹੀ ਸਵਾਦ ਦੱਸਣਾ ਕਿ ਜਨਾਬ ਸਾਨੀ ਸਾਜ਼ ਲੈ ਛਿੱਕਣ ਹੋਣੇ ਅਤੇ ਫਿਰ ਸ਼ੇਰ ਖਾਨ ਵੀ ਆਵਾਜ਼ ਮਾਰਨੇ ਅਗਰ ਇਹਨੇ ਕਿਸੇ ਛਿੱਕਿਆ ਨਾ ਜਾਏ ਤਾਂ ਕੁੱਥੇ ਆਵਾਜ਼ ਮਾਰਨੇ ਪੈਸੇ ਕਿੰਨੀ ਕੁ ਚੁੱਲ੍ਹੇ ਰਹਿਣੇ ਸੋਹਣੀ ਗੱਲ ਕੀਤੀ ਹੈ ਬੜ ਜੀ ਅਤੇ ਬੜੇ ਅਰਸੇ ਨਾਲ ਅਸਾਂ ਤੱਕਿਆ ਪ੍ਰੋਗਰਾਮ ਸ਼ਾਮ ਕਰਾਉਣੇ ਹੋ ਤਾਂ ਲੋਕ ਤੁਸੀਂ ਕੀ ਫੋਨਾਂ ਕਰੀ ਕਿ ਵੀ ਆਖਣੇ ਜੀ ਕੋਈ ਜੋੜੀ ਬਣਾਈ ਦਿਓ ਜਾਂ ਇਹਨਾਂ ਸ਼ੇਰਾਂ ਵਾਲੇ ਬੁਲਾਈ ਦਿਓ ਇਹਨਾਂ ਸ਼ੇਰਾਂ ਵਾਲੇ ਨਾਲ ਪ੍ਰੋਗਰਾਮ ਸ਼ਾਮ ਕੋ ਕਰਾਈ ਕੇ ਦਿਓ ਤਾਂ ਪਲਾਸ ਜੀ ਤੁਸੀਂ ਕਰਾਉਣੇ ਰਹਿਣੇ ਹੋ ਲੇਕਿਨ ਅੱਗੇ ਪਿੱਛੇ ਤੱਕਿਆ ਬੂਹ ਜਾਈ ਤੁਸੀਂ ਪ੍ਰੋਗਰਾਮ ਆਪਣੇ ਕਰਾਏ ਤਾਂ ਲੋਕ ਕੋਈ ਸ਼ੌਕ ਜ਼ਿਆਦਾ ਰੱਖਣੇ ਜਾਂ ਇਹ ਘੱਟ ਹੋ ਗਿਆ ਅੱਜ ਕੱਲ੍ਹ ਇਸ ਪ੍ਰੋਗਰਾਮ ਜਿਹੜੇ ਹੁਣ ਕੋਈ ਥੋੜ੍ਹੇ ਜਿਹੇ ਪੁਰਾਣੇ ਬੰਦੇ ਰਹਿ ਗਏ ਜਿੰਦਾ ਹੈ ਵਿਚਾਰੇ ਉਹਨਾਂ ਕੀ ਸ਼ੌਕ ਐਵ ਹੈ ਉਹ ਉਸਨੇ ਵਿਚਾਰੇ ਬਹਿ ਕੇ ਸੁਣਨੇ ਅਤੇ ਯੰਗ ਜਨਰੇਸ਼ਨ ਜਿਹੜੀ ਹੈ ਉਹ ਤਕਰੀਬਨ ਪਾਪ ਮਿਊਜ਼ਿਕ ਵਾਲੇ ਪਾਸੇ ਜ਼ਿਆਦਾ ਲੱਗੀ ਵੀ ਉਹਨਾਂ ਕੀ ਕੋਈ ਆਪਣੀ ਸਕਾਫਤ ਨਾਲ ਸ਼ੌਕ ਤਾਂ ਹੁਣ ਇਸ ਸਾਲ ਥੋੜ੍ਹੀ ਜਿਹੀ ਯੰਗ ਜਨਰੇਸ਼ਨ ਆਈ ਹੈ ਸਾਡੇ ਮਿਲਾਦ ਦੇ ਪ੍ਰੋਗਰਾਮ ਉੱਪਰ ਜ਼ਿਆਦਾ ਯੰਗ ਬੰਦੇ ਸੀ ਤਾਂ ਪਤਾ ਲੱਗਣਾ ਕਿ ਜ਼ੋਕ ਸ਼ੌਕ ਵਧਣਾ ਜਾਣਾ ਪਿਆ ਘਟਣਾ ਨਹੀਂ
ਇਹ ਸਾਡੀ ਸਕਾਫਤ ਹੈ, ਇਸ ਸਕਾਫਤ ਕੀ ਅਸਾਂ ਘਟਾਉਣਾ ਨਹੀਂ ਵਧਾਉਣਾ ਵੈ, ਇਸ ਕੀ ਜ਼ਿੰਦਾ ਰੱਖਣਾ ਵੈ। ਤਾਂ ਜਿਹੜੇ ਬੰਦੇ ਆਪਣੀ ਸਕਾਫਤ ਕੀ ਜ਼ਿੰਦਾ ਰੱਖਣੇ ਉਹ ਖੁਦ ਵੀ ਜ਼ਿੰਦਾ ਰਹਿਣੇ। ਸਰ ਜਿਹੜੀ ਤਾਂ ਸਾਡੇ ਕੋਲ ਅੱਛਣੇ ਨਾ ਜਿਹਨਾਂ ਨਾਲ ਸਾਡੀ ਸੁਸਾਇਟੀ ਹੈ ਜਾਂ ਸਾਡੇ ਕੋਲ ਬਹਿਣ ਖੱਲਣ ਵਾਲੇ ਉਹ ਤਾਂ ਜਿਹੜਾ ਇਹ ਸੁਣਨੇ ਹੁਣ ਇਸ ਦਫ਼ਾ ਜਿਹੜਾ ਪ੍ਰੋਗਰਾਮ ਅਸਾਂ ਕਰਾਇਆ ਮਿਲਾਦ ਨਾ ਮੈਂ ਅਤੇ ਸ਼ਕੀਲ ਸਾਹਿਬ ਉਹ ਜਨਾਬ ਇਸ ਤਰ੍ਹਾਂ ਆ ਕਿ ਉਸ ਸਾਡੇ ਕੋਲ ਜ਼ਿਆਦਾਤਰ ਯੰਗ ਬੰਦੇ ਸੇ ਔਰ ਯੰਗ ਬੰਦੇ ਜ਼ਿਆਦਾਤਰ ਸੁਣਨ ਵਾਸਤੇ ਆਏ ਸੇ ਅਤੇ ਇਸ ਨਹੀਂ ਖਾਤਰ ਇਹ ਪਤਾ ਲੱਗਣਾ ਕਿ ਯਾਰਾ ਕਿ ਸਕਾਫਤ ਅਜਾ ਜ਼ਿੰਦਾ ਹੀ ਹੈ, ਇਹਨਾਂ ਬੱਚਿਆਂ ਕੀ ਜ਼ੌਕ ਸ਼ੌਕ ਹੈ ਜਾ ਜਾ ਇਹ ਨਹੀਂ ਇਹ ਜਿਸ ਬਿਲਕੁਲ ਜਿਸ ਤਰ੍ਹਾਂ ਛੋੜ ਗਏ ਤਾਂ ਉਸ ਤਰ੍ਹਾਂ ਤਾਂ ਖਤਮ ਹੋ ਜਾ ਸੀ ਅਤੇ ਇਹ ਜਿਹੜੇ ਬੜੇ ਲੋਕ ਹੈ ਨਾ ਜਾਂ ਆਸ ਜਿਸ ਤਰ੍ਹਾਂ ਪ੍ਰੋਗਰਾਮ ਕਰਾਉਣੇ ਜ਼ਹਿਰ ਆਸ ਪ੍ਰੋਗਰਾਮ ਕਰਾਸਾਂ ਅਤੇ ਲੋਕ ਸੁਣ ਸਨ ਅਤੇ ਇਹ ਸੁਣ ਸੁਣ ਤਾਂ ਇਹਨਾਂ ਕੀ ਪਤਾ ਲੱਗ ਸੀ ਨਾ ਅਤੇ ਜੇ ਆਸ ਪ੍ਰੋਗਰਾਮ ਇਹਨਾਂ ਕਰਾਸਾਂ ਤਾਂ ਇਹਨਾਂ ਕੀ ਕਿਹ ਪਤਾ ਲੱਗ ਸੀ ਕਿ ਇਹ ਕਿਸ ਤਰ੍ਹਾਂ ਸੁਣ ਸਨ ਇਹਨਾਂ ਕੀ ਤਾਂ ਨਹੀਂ ਪਤਾ ਲੱਗਣਾ ਗਾ ਇਹ ਪ੍ਰੋਗਰਾਮ ਤੱਕ ਸਨ ਇਹ ਸੁਣ ਸਨ ਅਤੇ ਇਹਨਾਂ ਕੀ ਪਤਾ ਲੱਗ ਸੀ ਕਿ ਸਾਡੀ ਸਕਾਫਤ ਹੈ ਅਤੇ ਇਸ ਕੀ ਮਤਲਬ ਅਸਾਂ ਉਜਾਦ ਰੱਖ ਬੈਠੇ ਵੇ ਜੀ ਮਿਲਾਦ ਕਮੇਟੀ ਨੇ ਮੈਂਬਰ ਕਾਸਮ ਹੁਸੈਨ ਅਤੇ ਅੱਜ ਇਹਨਾਂ ਕੋਲ ਪੁੱਛਣੇ ਆ ਜੀ ਜਵਾਨ ਬੰਦੇ ਵੇ ਸ਼ੇਰਾਂ ਨਾਲ ਸ਼ੌਕ ਰੱਖਣੇ ਅਤੇ ਮੈਂ ਜਦੋਂ ਵੀ ਸ਼ੇਰਖਾਨੀ ਤੱਕੀ ਸੁਣੀ ਤਾਂ ਕਾਫੀ ਇਹਨਾਂ ਨਾਲ ਸ਼ੌਕ ਅਤੇ ਜਨੂਨ ਮੈਂ ਤੱਕਿਆ ਕਾਫੀ ਮੁੰਡੀ ਛੁੰਡੀ ਮਾਰਨੇ ਹੋਣੇ ਹੋ ਅਤੇ ਕਾਫੀ ਨਾ ਪੈਸੇ ਐਸੇ ਡਰਨੇ ਹੋਣੇ ਕੋਈ ਸਮਝ ਬੁੱਝ ਰੱਖਣੇ ਥੋੜ੍ਹੀ ਤਾਂ ਕਿਆ ਹਾਲ ਹੈ ਜੀ ਅਤੇ ਇਸੇ ਵਜ੍ਹਾ ਅਸੀਂ ਪ੍ਰੋਗਰਾਮ ਵੀ ਜ਼ਰਾ ਰੌਣਕ ਮੇਲਾ ਬਣਨਾ ਅਤੇ ਕਾਸਮ ਸਾਹਿਬ ਸੁਣਾਓ ਅਤੇ ਘੱਟ ਹੀ ਜਵਾਨ ਬੰਦੇ ਅੱਜ ਕੱਲ੍ਹ ਸ਼ੇਰ ਓ ਸ਼ਾਇਰੀ ਸੁਣਨੇ ਅਤੇ ਤੁਸਾਂ ਹੀ ਬੜਾ ਸ਼ੌਕ ਹੈ ਸੁਣਾਓ ਕੋਈ ਸਮਝ ਨਹੀਂ ਲੱਗਣੀ ਹੈ ਕਿਵੇਂ ਮੁੰਡੀ ਲਾਉਣੇ ਰਹਿਣੇ ਹੋ ਸਮਝ ਲੱਗਣੀ ਜੀ ਬਹੁਤ ਸਾਰਾ ਟਾਈਮ ਹੋਈ ਗਿਆ ਤਕਰੀਬਨ 10-12 ਸਾਲ ਹੋਈ ਗਏ ਸੁਣਨੇ ਹੋ ਅਤੇ ਅੱਜ ਕੱਲ੍ਹ ਤਾਂ ਵਾਕਈ ਤੁਸਾਂ ਗੱਲ ਠੀਕ ਹੈ ਕਿ ਬਹੁਤ ਸਾਰੇ ਸਾਡੇ ਜਿਹੜੀ ਯੰਗ ਜਨਰੇਸ਼ਨ ਜਿਹੜੀ ਹੈ ਜਿੰਨੀ ਵੀ ਉਹ ਦੋਸਤ ਸਾਡੇ ਸਾਰੇ ਪਿੱਛੇ ਹੋਏ ਗਏ ਇਸ ਚੀਜ਼ ਤੋਂ ਅਤੇ ਉਹਨਾਂ ਕੀ ਚਾਹੀਦਾ ਹੈ ਕਿ ਅੱਗੇ ਅੱਛਣ ਇਹ ਚੀਜ਼ ਆਪਣੀ ਸਾਡੀ ਪਠਵਾਰੀ ਸਕਾਫਤ ਹੈ ਅਤੇ ਇਸ ਕੀ ਉਜਾਗਰ ਕਰਨ ਅਤੇ ਬੜੀ ਅੱਛੀ ਗੱਲ ਹੈ ਬੜਾ ਇੱਕ ਸਕੂਨ ਮਿਲਣਾ ਤੁਸਾਂ ਸੁਣੋ ਤੁਸਾਂ ਕੀ ਪਤਾ ਲੱਗਣਾ ਮੈਂ ਤਾਂ ਕਹਿਣਾ ਜੀ ਕਹਾਂ ਤੁਸਾਂ ਜਦੋਂ ਸੁਣਨੇ ਹੋ ਕਾਫੀ ਜਾਂ ਜਜ਼ਬਾਤੀ ਹੋ ਕੇ ਸੁਣਨੇ ਹੋ ਤਾਂ ਘੱਟ ਹੀ ਲੋਕ ਇਤਨੇ ਜਜ਼ਬਾਤੀ ਹੋ ਕੇ ਸੁਣਨੇ ਜਾਂ ਜੇ ਉਹਨਾਂ ਕੀ ਇਤਨੀ ਜ਼ਿਆਦਾ ਸਮਝ ਅਸਣੀ ਅਤੇ ਮਾਸ਼ਾਅੱਲਾ ਤੁਸਾਂ ਆਪਣੇ ਪ੍ਰੋਗਰਾਮ ਹੀ ਦੱਸਣੇ ਹੋ ਕੇ ਆਉਣੇ ਉਹਨਾਂ ਕੀ ਹੈ ਕਿ ਸਾਡੀ ਫਰਮਾਇਸ਼ ਵੀ ਪੜ੍ਹੋ ਸਾਡੀ ਫਰਮਾਇਸ਼ ਵੀ ਇਹ ਗਾਓ ਅਤੇ ਕਿਆ ਬਣੇ ਫਰਮਾਇਸ਼ਾਂ ਆਪਣੀ ਪਸੰਦ ਨਹੀਂ ਹੋਣੀ ਜੀ ਬਸ ਜਿਹੜਾ ਤੁਸਾਂ ਕੀ ਸ਼ੇਰਖਾਨ ਚੰਗਾ ਲੱਗਣਾ ਤੁਸਾਂ ਉਸ ਕੀ ਆਪਣੀ ਫਰਮਾਇਸ਼ ਦੱਸੀ ਸਕਣੇ ਹੋ ਕੁਝ ਸ਼ੇਰ ਐਸੇ ਹੋਣੇ ਕਿ ਜਿਹੜੇ ਤੁਸਾਂ ਕੀ ਬਹੁਤ ਜ਼ਿਆਦਾ ਚੰਗੇ ਲੱਗਣੇ ਅਤੇ ਤੁਸਾਂ ਉਹਨਾਂ ਕੋਲੋਂ ਉਹ ਸ਼ੇਰ ਲਵਾਈ ਸਕਣੇ ਹੋ ਇਸ ਤਰ੍ਹਾਂ ਤਾਂ ਉਹ ਆਪਣੇ ਹਿਸਾਬ ਨਾਲ ਆਪਣੇ ਰਿਦਮ ਨਾਲ ਚੱਲਣੇ ਹੋਣੇ ਲੇਕਿਨ ਜਿਹੜਾ ਸ਼ੇਰ ਤੁਸਾਂ ਕੀ ਚੰਗਾ ਲੱਗਣਾ ਤੁਸਾਂ ਆਪਣੀ ਮਰਜ਼ੀ ਨਾਲ ਲਵਾਈ ਸਕਣੇ ਹੋ ਮਿਰਜ਼ਾ ਸਾਹਿਬ ਦੇਖੋ ਜਵਾਨ ਬੰਦੇ ਵੀ ਕੁਛ ਜਿਹੜੇ ਸ਼ੇਰਾਂ ਨਾਲ ਸ਼ੌਕ ਰੱਖਣੇ ਜਨੂਨ ਰੱਖਣੇ ਬੜੇ ਸ਼ੌਕ ਨਾਲ ਸੁਣਨੇ ਅਤੇ ਪ੍ਰੋਗਰਾਮ ਕਰਾਉਣੇ ਵੀ ਹੈ ਅਤੇ ਪ੍ਰੋਗਰਾਮ ਵਿੱਚ ਹਿੱਸਾ ਵੀ ਕਿੰਨੇ ਅਤੇ ਕਿਆ ਬਾਣੀ ਅਸਲ ਰਹਿਮਾਨ ਪਤਾ ਹੀ ਗਿਆ ਇਹ ਸਾਡੇ ਨਾਲ ਇਸ ਤਰ੍ਹਾਂ ਵਾਸਤਾ ਰਿਹਾ ਇਹ ਸਾਡੇ ਨਾਲ ਬਹਿਣਾ ਖੱਲਾਂ ਰਿਹਾ ਸਾਡੇ ਕੋਲ ਰਿਹਾ ਇਹ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਾ ਰਿਹਾ ਮਿਲਾਦ ਕਮੇਟੀ ਨੇ ਇਸੇ 'ਚ ਸ਼ਾਮਿਲ ਆ ਅਤੇ ਜ਼ਾਹਿਰ ਹੈ ਤਾਂ ਇਸ ਕੀ ਫਿਰ ਸ਼ੌਕ ਤਾਂ ਪੈਦਾ ਹੋਣਾ ਨਾ ਇਸ ਤਾਂ ਸੁਣਨਾ ਇਸ ਮੁੰਡੀ ਮਾਰਨੀ ਇਸ ਕੀ ਸਮਝ ਹੀ ਹੈ ਇਸ ਕੀ ਸਮਝ ਆਏ ਬਹਿਣਾ ਜੇ ਸਾਡੇ ਨਾਲ ਆ ਤਾਂ ਜਿਸ ਲਈ ਸਾਡੇ ਨਾਲ ਬਹਿਣਾ ਤਾਂ ਸੁਣਨਾ ਤਾਂ ਜ਼ਾਹਿਰ ਹੈ ਇਸ ਕੀ ਸਮਝ ਆ ਤਾਂ ਇਸ ਤੋਂ ਮੁੰਡੀ ਮਾਰਨੀ ਇਸ ਕੀ ਪਤਾ ਤਾਂ ਜਿਹੜਾ ਸਾਡੇ ਨਾਲ ਬਹਿਸੀ ਨਾ ਜਾਓ ਇਸ ਪ੍ਰੋਗਰਾਮ ਵਿੱਚ ਨਾ ਅਸੀਂ ਉਸ ਕੀ ਕਿਆ ਪਤਾ ਹੈ ਖੇਤਾ ਬਟਵਾਰ ਨਹੀਂ ਇਹ ਸ਼ੇਰਖਾਨੀ ਕਿਆ ਚੀਜ਼ ਹੈ ਸੁਣਨੇ ਤੇ ਜ਼ਿਆਦਾਤਰ ਲੋਕ ਗਾਣੇ ਵਜਾਣੇ ਦਰ ਚਲੇ ਗਏ ਸ਼ੇਰਾਂ ਵਾਲਾ ਸਾਡਾ ਨਿਜ਼ਾਮ ਦਾ ਬੂੰ ਘਟੀ ਗਿਆ ਬੂੰ ਘਟੀ ਇਸ ਬਾਰੇ 'ਚ ਕਿਆ ਬਾਣੀ ਹੋ ਤੁਸੀਂ ਇਹ ਬਾਣੀ ਜੀ ਬੱਚਿਆਂ ਦੇ ਜੰਗ ਜ਼ਮੀਨ ਹੈ ਇਹ ਜ਼ਰੂਰੀ ਜ਼ਰੂਰੀ ਹਿੱਸਾ ਕਰਨਾ ਚਾਹੀਦਾ ਉਸ ਕਾਵਤ ਛੋੜਨੀ ਨਹੀਂ ਚਾਹੀਦੀ ਸਹੀ ਜੇ ਕਦ ਖਬਰ ਨਾ ਆਉਂਦੀ ਤੇਰੇ ਵਾਦਿਆਂ ਦੀ ਤੋਬਾ ਕਰਾਂ ਵੋ ਤੋਬਾ ਕਰਾਂ ਤੋਬਾ ਕਰਾਂ ਔਰ ਤੇਰੀ ਸ਼ਨਾਈ ਕੋਲੂ ਕਾਰ ਬਾਰ ਨੇ ਕੰਮ ਵਸਾਰ ਕੇ ਕਾਰੋਬਾਰ ਨੇ ਕਮੋਏ ਵਸਾਰ ਕੇ ਨਿਖੜ ਆਇਆ ਵੋ ਨਿਖੜ ਆਇਆ ਸੋ ਪੈਣ ਤੈ ਪਾਈ ਕੋਲੂ ਨਫਾ ਤੇਰੀ ਸਜਨੋਟੀ ਚੂਕੀ ਮਿਲਿਆ ਨਫਾ ਤੇਰੀ ਸਜਨੋਟੀ ਚੂਕੀ ਮਿਲਿਆ ਤਾਣਾ ਚਲਿਆ ਮੈਂ ਕੁਲੋਏ ਖੁਦਾਈ ਕੋਲੂ ਪੁੜੀ ਜ਼ਹਿਰ ਦੀ ਖਾਵੇ ਨਿਜ਼ਾਮ ਦੀਨਾ ਇਹ ਪੁੜੀ ਜ਼ਹਿਰ ਦੀ ਖਾਵੇ ਨਿਜ਼ਾਮ ਦੀਨਾ ਚੰਗੀ ਮੌਤੀਆ ਵੋ ਚੰਗੀ ਮੌਤੀਆ ਇਸੋ ਜੁਦਾਈ ਕੋਲੂ ਹੋ ਜੀ ਕਾਸਮ ਸਾਹਿਬ ਠੀਕ ਆ ਸੋਹਣੇ ਅੱਲਾ ਮਲਾਇਆ ਤੈ ਫੇਰ ਮਿਲਸਾਂ ਆਲੇ ਕਿਸਮਤ ਓਏ ਆਲੇ ਕਿਸਮਤ
ਆਲੇ ਕਿਸਮਤ ਨੇ ਚਾਈ ਨਖੇੜਿਆ ਈ ਮਾੜੀ ਨੀਤ ਨਾ ਸੀ ਇੱਥੋਂ ਜਾਣ ਦੀ ਮਾੜੀ ਨੀਤ ਨਾ ਸੀ ਇੱਥੋਂ ਜਾਣ ਦੀ ਰੱਬਾ ਡਾਡੜੇ ਵੋ ਰੱਬਾ ਡਾਡੜੇ ਡਾਡੜੇ ਬਣ ਕੇ ਟੋਰਿਆ ਈ ਤੁਸੀਂ ਸੁੱਖ ਵਸੋ ਸੋਹਣੇ ਮੁੱਖ ਵਾਲੇ ਤੁਸੀਂ ਸੁੱਖ ਵਸੋ ਸੋਹਣੇ ਮੁੱਖ ਵਾਲੇ ਤੁਹਾਡਾ ਦੇਸ਼ ਵੀ ਤੁਹਾਡਾ ਦੇਸ਼ ਪਰਦੇਸ ਅੱਜ ਛੋੜਿਆ ਈ ਖੁਦਾ ਦਾਤ ਪਰਦੇਸੀਆ ਕੂਚ ਡੇਰੇ ਖੁਦਾ ਦਾਤ ਪਰਦੇਸੀਆ ਕੂਚ ਡੇਰੇ ਰਾਰਾ ਜਾਂਦਿਓ ਵੋ ਰਾਰਾ ਜਾਂਦਿਓ ਰਾਰਾ ਜਾਂਦਿਓ ਕਿਸੇ ਨਾ ਮੋੜਿਆ ਈ ਹੋ ਜੀ ਇਹ ਪੁਰਾਣੀ ਸਕਾਫਤ ਆ ਸਾਡੀ ਪੁਰਾਣੀ ਪਟਵਾਰੀ ਤਰਜ ਅੱਜ ਮੈਂ ਦੋ ਚਾਰ ਬੈਂਤ ਸੁਣਾਏ ਚੌਧਰੀ ਜੀ ਇਹ ਪੁਰਾਣੀ ਪਟਵਾਰੀ ਤਰਜ ਸੀ ਜਿਸ ਨੇ ਸ਼ੇਰ ਸੁਣਾਏ ਮੈਂ ਦੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਪਟਵਾਰੀ ਸ਼ੇਰ ਮੈਂ ਕਾਸਮ ਰਾਣੀ ਗੋਸ਼ਗੁਜ਼ਾਰ ਕਰਨਾ ਕੋਠਾ ਦਿਲੈ ਨਾ ਅੱਗੇ ਹੀ ਟੇਣੇ ਆਲਾ ਸਾਟੋਏ ਪਸੱਟੇ ਨਾ ਸਜਨ ਸੱਟਿਆ ਦੰਦਾ ਮੁੰਦਾ ਦੰਦਾ ਮੁੰਦਾ ਉਹ ਮਿੱਕੀ ਕੁਰੇ ਲਾਈ ਗੱਛਿਆ ਆਖਾ ਮੰਨੀ ਤੇ ਮਾੜਿਆ ਦੁਸ਼ਮਣਾ ਲਾ ਆਖਾ ਮੰਨੀ ਤੇ ਮਾੜਿਆ ਦੁਸ਼ਮਣਾ ਨਾ ਮਾੜੇ ਕੋਲੋਂ ਨਾ ਪੱਲਾ ਛਿੜਾਈ ਗੱਛਿਆ ਕੋਠਾ ਦਿਲੈ ਨਾ ਅੱਗੇ ਹੀ ਟਹਿਣੇ ਆਲਾ ਇਹ ਕੋਠਾ ਦਿਲੈ ਨਾ ਅੱਗੇ ਹੀ ਟਹਿਣੇ ਆਲਾ ਰਹਿਣੇ ਚੁੱਕਾਂ ਤੇ ਚੰਨੇ ਨਾ ਟਾਈ ਗੱਛਿਆ ਜੇ ਕਦ ਗਸਨੇ ਨਾ ਦਿਲ ਆਯਾਜ਼ ਹੋਇਆ ਜੇ ਕਦ ਗਸਨੇ ਨਾ ਦਿਲ ਆਯਾਜ਼ ਹੋਇਆ ਪਹਿਲੇ ਜਾਣ ਤੂੰ ਜ਼ਹਿਰ ਪਲਾਈ ਗੱਛਿਆ ਹੋ ਜੀ ਹਾਜ਼ਰੀਨ ਆਇਆ ਅਸਾਂ ਜਿਸ ਬਾਗਾਂ 'ਚ ਬੈਠੇ ਹਾਂ ਜਿੱਥੇ ਇਹ ਪ੍ਰੋਗਰਾਮ ਕਰਨੇ ਪਏ ਹਾਂ ਇੱਥੇ ਜਨਾਬ ਬਹੁਤ ਸਾਰੇ ਜਨਾਬ ਬਾਗਬਾਨ ਆਪਣੀ ਖੇਤੀਬਾੜੀ ਕਰਨੇ ਪਏ ਅਤੇ ਬੜਾ ਜ਼ਬਰਦਸਤ ਮਾਹੌਲ ਜਿਹਾ ਲੱਗਾ ਸਾਡੇ ਕੀ ਖੁਆਨੀ ਨੇ ਪ੍ਰੋਗਰਾਮ ਵੀ ਤੁਸੀਂ ਤੱਕਸੋ ਅਤੇ ਨਾਲ ਤੱਕੋ ਸਾਡੇ ਸੰਗੀ ਬੇਲੀ ਕਿਆ ਕਰਨੇ ਪਏ ਇੱਥੇ ਅਤੇ ਅਸਲਾਮ ਵਾਲੇਕਮ ਜੀ ਵਾਲੇਕਮ ਸਲਾਮ ਜੀ ਇਹ ਜਨਾਬ ਕਿਆ ਕੁਝ ਕਰਨੇ ਪਏ ਇੱਥੇ ਅੱਜ ਜੀ ਅਸੀਂ ਠਿੱਪਰ ਪੇ ਧੋਣੇ ਹਾਂ ਠਿੱਪਰ ਪੇ ਧੋਣੇ ਹੋ ਇਹ ਕਦੋਂ ਨੇ ਖੇਤੀਬਾੜੀ ਕਰਨੇ ਪਿਓ ਤੁਸੀਂ ਖੇਤੀਬਾੜੀ ਕੋਈ ਹੈਗੀ 15-20 ਸਾਲ 25 ਸਾਲ ਹਾਂ ਰੋਜ਼ੀ ਰੋਟੀ ਅੱਲਾ ਕਰਨਾ ਨਿਕਲੀ ਅਸਨੀ ਕਰਨਾ ਨਿਕਲੀ ਅਸਨੀ ਨਾ ਬੜੀ ਰੋਜ਼ੀ ਰੋਟੀ ਇੱਥੋਂ ਕਰਮ ਕਰਨੇ ਪਿਓ ਬੜਾ ਅਰਸਾ ਮੈਂ ਲੋਕਾ ਜਾਸਾਂ ਤਾਂ ਬਸ ਲੋਕੇ ਜੇ ਸੋ ਮੈਂ ਤਾਂ ਕਿਹਾ ਤੁਸਾਂ ਨਾ ਇੱਕ ਹੱਥ ਵੀ ਕੋਈ ਨਹੀਂ ਫਿਰ ਵੀ ਤੁਸਾਂ ਇਹ ਕੰਮ ਕਾਜ ਕਰਨੇ ਹੋ ਇਹ ਹੈ ਗੱਲ ਹੈ ਬੜੀ ਚੰਗੀ ਗੱਲ ਹੈ ਆਪਣੇ ਹੱਥਾਂ ਨਾਲ ਕਰੀ ਨਾ ਆਪਣੇ ਹੱਥਾਂ ਨਾਲ ਕਰੀ ਖਾਈ ਨਾ ਬੜੀ ਚੰਗੀ ਗੱਲ ਹੈ ਬਿਲਕੁਲ ਅਗਾਈ ਲੋਕ ਕੰਮ ਕਰਨੇ ਵਾਲੇ ਇਹਨਾਂ ਨਾਲ ਤੁਸੀਂ ਮਿਲਾਉਣੇ ਛਲਾਉਣੇ ਪਿਆ ਅਤੇ ਅੱਜ ਲੱਗੇ ਹੋਏ ਸਾਡੇ ਬਾਵਾ ਇੱਕ ਨਾਲ ਇੱਥੇ ਸਫਾਈ ਕਰਨੇ ਪਏ ਨਾਲ ਗੋਡੀ ਵੀ ਕਰਨੇ ਪਏ ਬਾਬਾ ਜੀ ਇਹ ਕਦੋਂ ਨਾ ਕੰਮ ਕਰਨੇ ਹੋ ਤੁਸੀਂ ਮੈਂ ਬਚਪਨ ਤੋਂ ਕਰ ਰਿਹਾ ਜੀ ਬਚਪਨ ਨਾਲ ਇੱਥੇ ਕੰਮ ਕਰਨੇ ਕਿਉਂ ਅਸੀਂ ਮਜ਼ਦੂਰੀ ਸ਼ੁਰੀ ਅੱਲਾ ਕਰਨਾ ਨਿਕਲੀ ਅਸੀਂ ਕਿਹਾ ਕੋਈ ਨਿਜ਼ਾਮ ਹੋਣਾ ਕਿ ਗੁਜ਼ਾਰਾ ਜੀ ਜੀ ਮਿਹਨਤ ਕਰਨ ਮਜ਼ਦੂਰੀ ਮਿਲ ਜਾਣੀ ਕੋਈ ਸ਼ੱਕ ਨਹੀਂ ਜੀ ਅੱਲਾ ਪਾਕ ਮਿਹਨਤ ਕਰਨ ਵਾਲੀ ਫਲ ਦੇਣਾ ਅਤੇ ਇਹ ਕਿਆ ਮਹਿਸੂਸ ਕਰਨੇ ਕੰਮ ਸ਼ਮ ਠੀਕ ਹੈ ਖੇਤੀਬਾੜੀ ਵਾਲਾ ਇਹ ਬਹੁਤ ਫਾਇਦੇ ਵਾਲੀ ਚੀਜ਼ ਹੈ ਜੀ ਅੱਛਾ ਜੀ ਹਾਂ ਅਤੇ ਮੈਂ ਤੁਸੀਂ ਨਿੱਕੇ ਹੋ ਨਾ ਕੰਮ ਕਰਨੇ ਪਿਓ ਅਤੇ ਵੈਸੇ ਕਿਆ ਕੰਮ ਕਾਜ ਕਰਨੇ ਰਹੇ ਹੋ ਤੁਸੀਂ ਵੈਸੇ ਇਸ ਉੱਪਰ ਖੇਤੀਬਾੜੀ ਸਲਾਵਾ ਕਿਆ ਕੰਮ ਕਰਨੇ ਹੋ ਮੈਂ ਆਰਮੀ ਰਿਹਾ 15 ਸਾਲ ਕੀਤੀ ਅੱਛਾ ਅੱਛਾ ਫਿਰ ਬਾਅਦ ਜੇ ਸਕੂਲ ਆ ਕੀਤੀ 24 ਸਾਲ ਸਰਵਿਸ ਮਾਸ਼ਾ ਅੱਲਾ ਜਨਾਬ ਜ਼ਰਾ ਪੈਨਸ਼ਨਾਂ ਸ਼ਨਸ਼ਨਾਂ ਕਿੰਨੇ ਹੋ ਦੋ ਪੈਨਸ਼ਨਾਂ ਕਿੰਨਾ ਮਾਸ਼ਾ ਅੱਲਾ ਚਲੋ ਨਾਲ ਖੇਤੀਬਾੜੀ ਜੀ ਨਾਲ ਖੇਤੀਬਾੜੀ ਕਰਨੇ ਹੋ ਕੰਮ ਕਾਜ ਚਲੋ ਜੀ ਅੱਲਾ ਪਾਸ ਨੇ ਖੁਸ਼ ਰੱਖਿਆ ਆਹ
ناظرین اجا نا پروگرام سن کی ہے جلگا تے انشاءاللہ جس طرح تساں اگے ساری رہنمائی کرنے رہو تے اج وی اس واری تساں کرسو پٹواری پروگرام اساں پہلی واری پیش کیتا تے اساں دل سی کہ اساں اپنے باغات تے اپنے شیر خوانی تے اپنے لوکاں دی ثقافت کی اساں تساں کی دساں تے کیمرہ مین ہے ساڈے نال جناب انیس جوید تے میں تساں اپنا عبدالرحمان سرکار ٹی وی اپنا گجرخان